3.5 ਲੱਖ ਰੁਪਏ ਦੀ ਕਾਰ ਲੈ ਜਾਓ ਬਈ, ਆ ਜਾਓ। 16 ਮਾਡਲ ਮੈਗਨਾ i20 ਡੀਜ਼ਲ ਦੀ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ। 29 ਲੱਖ ਲਾ ਲਓ, 28 ਦੇ ਦੇਣਗੇ, 27 ਦੇ ਦੇਣਗੇ ਲਾਸਟ, ਮੈਨੂੰ ਜੁੜ ਗਿਆ ਨਾ। ਅੱਜ ਆਪਾਂ ਕੀ ਡੀਲ ਕਰ ਰਹੇ ਹਾਂ, ਸਭ ਤੋਂ ਵੱਡੀ ਡੀਲ ਹੋਣੀ ਚਾਹੀਦੀ ਇਹਦੇ ਵਿੱਚ ਫੋਰਚੂਨਰ ਦੀ, 17/18 ਆਟੋਮੈਟਿਕ ਦੀ। ਆਪਾਂ 24 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹਦੇ ਵਿੱਚੋਂ ਜਿਹੜਾ ਬੰਦਾ ਆਊਗਾ ਮਣ ਤਣ। 23.5 ਲੱਖ ਰੁਪਏ ਦੀ ਕਾਰ ਲੈ ਜਾਓ ਬਈ, ਆ ਜਾਓ। 17/18 4x2 ਆਟੋ, ਇਹ ਕਾਰ ਆਪਾਂ 7 ਲੱਖ ਅਤੇ 30 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ। 7.5 ਲੱਖ ਰੁਪਇਆ ਰੇਟ ਬਣਦਾ ਵੈਸੇ, 7,30,000 ਰੁਪਏ ਦੀ 2015 ਮਾਡਲ ਹੈ ਮਿੱਤਰੋ, S10 ਹੈ, ਗੱਡੀ ਫੁੱਲ ਘੈਂਟਾ ਕਰੋ। ਅਤੇ ਤੁਹਾਨੂੰ 3 ਲੱਖ ਅਤੇ 35 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਫਸਟ ਓਨਰ। 16 ਮਾਡਲ ਦੱਸਿਓ। 16 ਮਾਡਲ ਪੈਟਰੋਲ CNG ਬਾਈ, CNG ਗੱਡ ਲੱਗੀ ਹੋਈ ਆ, ਔਨ ਪੇਪਰ ਹੈ। 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ, 7,25,000 ਰੁਪਏ ਦੀ ਕਾਰ ਦੇ ਦਾਂਗੇ। ਮਹਾਰਾਜ ਧੱਕਾ ਕਰੇ ਉਹਨੂੰ, ਕਿਸੇ ਨੂੰ ਕੋਈ ਕੁਛ ਹੋ ਜੂਗਾ, 7.25 ਲੱਖ। ਅਤੇ ਜਿਹੜਾ ਬਾਈ ਐਡੀ ਦੂਰੋਂ ਆਊਗਾ, ਮੈਂ ਤਾਂ ਪੰਜਾਬ ਦੀ ਗੱਲ ਕਰਦਾ, ਆ ਗਿਆ 2-3 ਹਜ਼ਾਰ ਰੁਪਇਆ ਖਰਚਾ ਹੋ ਗਿਆ ਹੈ ਨਾ, ਜਦੋਂ ਗੱਡੀ ਲੈ ਕੇ ਜਾਊਗਾ ਬਾਈ ਨੂੰ ਤੇਲ ਦਾ ਖਰਚਾ ਦੇਣਾ ਪਊ। ਮੈਂ ਤੇਲ ਪਵਾ ਕੇ ਦੇ ਦਾਂਗੇ, ਪੰਜਾਬ 'ਚ ਜਿੱਥੇ ਵੀ ਜਾਣਾ ਹੋਵੇ ਸਾਨੂੰ ਦੱਸ ਦੇਣ, ਕਿਉਂਕਿ ਅਸੀਂ ਜਾਂਦੇ ਰਹਿੰਦੇ, ਸਾਨੂੰ ਪਤਾ ਉਹ ਤੇ ਉਹਨਾਂ ਤੇਲ ਆਪਾਂ ਪਵਾ ਕੇ। ਕੀ ਹੈਗੀ ਮਿੱਤਰੋ ਲਗਜ਼ਰੀ ਲਾਈਨ ਦੀ, ਕੋਈ ਭਰਾ ਕਹਿ ਜਾਂਦਾ ਕਿ ਸਾਡਾ ਬਜਟ ਘੱਟ ਹੈ, ਅਸੀਂ ਫੀਲ ਲੈਣਾ ਲਗਜ਼ਰੀ ਕਲਾਸ ਦਾ ਅਤੇ ਲਗਜ਼ਰੀ ਗੱਡੀ। ਇਹ ਗੱਡੀ ਵੀ ਲਗਜ਼ਰੀ, ਟੋਇਟਾ ਦੀ ਹੈ, ਬ੍ਰਾਂਡ ਦਾ ਭਰੋਸਾ ਫੁੱਲ ਹੈ, ਅਲਟਿਸ ਕਰੋਲਾ ਨਹੀਂ। ਪੁਰਾਣੀ ਫੋਰਚੂਨਰ ਦੇ ਰੇਟ 'ਚ ਕਾਰ ਦੇ, ਪੁਰਾਣੀ ਫੋਰਚੂਨਰ ਦੇ ਰੇਟ ਦੇ ਵਿੱਚ ਆਡੀ ਦੀ ਕਿਊ ਸੀਰੀਜ਼ ਕਾਰ ਮਿਲਿਓ, Q7 15 ਮਾਡਲ ਹੈ, 15 ਮਾਡਲ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ। ਲਓ ਜੀ, ਦਿੱਲੀ ਸ਼ਹਿਰ ਦੇ ਵਿੱਚ ਹਾਂ, ਪਰ ਬਈ ਕਾਰ ਬਾਜ਼ਾਰ ਦਾ ਨਾਮ ਹੈ ਪੰਜਾਬ ਮੋਟਰ। ਪਹਿਲੇ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ, ਉਹ ਪਿਆਰ ਦੇ ਚੱਕਰ 'ਚ ਅੱਜ ਨਵਾਂ ਸਟਾਕ ਲਿਆਂਦਾ ਹੈ ਨਾ ਵੀਰੇ। ਕੀ ਹਾਲ ਹੈ ਜੀ, ਬਹੁਤ ਵਧੀਆ। ਥੋੜ੍ਹਾ ਸ਼ੌਕਿੰਗ ਵੀਡੀਓ ਹੋਣ ਵਾਲੀ ਅੱਜ, ਰੇਟ ਪ੍ਰਾਈਜ਼ ਮੈਂ ਕਹਿੰਦਾ ਉਹ ਦੇ ਦਾਂਗੇ। ਮੈਂ ਕਹਿੰਦਾ ਯਾਰ ਬੰਦਾ ਨਾ, ਜੇ ਦਿੱਲੀ ਆ ਰਹੇ ਹੋ, ਮੈਂ ਸਿੱਧੀ ਜੀ ਗੱਲ ਖੁੱਲ੍ਹਾ ਚੱਲ ਜਾਏਗਾ, ਦਿੱਲੀ ਆ ਰਹੇ ਹੋ, ਤੁਹਾਡਾ ਕੋਈ ਜਾਣ ਪਛਾਣ ਦਾ ਹੈਗਾ ਨਾ ਹੈਗਾ ਉਹ ਗੱਲ ਵੱਖਰੀ ਹੈ, ਪਹਿਲਾਂ ਕਿਤੇ ਮਰਜ਼ੀ ਰੇਟ ਪਤਾ ਕਰ ਲਓ। ਜੋ ਚੈਲੇਂਜਿੰਗ ਪ੍ਰਾਈਜ਼ ਖਾਸ ਕਰ ਡੀਲਾਂ ਇਹੋ ਜਿਹੀਆਂ ਹੋਣਗੀਆਂ, ਆਪਣੇ ਜਿੰਨੇ ਵੀ ਪੰਜਾਬੀ ਭਰਾ ਨੇ ਦਿੱਲੀ ਦੇ ਵਿੱਚ ਆਉਣ ਤੋਂ ਪਹਿਲਾਂ ਵੀਰੇ, ਇੱਕ ਦੋ ਚੀਜ਼ਾਂ ਡਾਊਟ ਹੁੰਦੇ ਨੇ, ਹਮੇਸ਼ਾ ਹੀ ਹੁੰਦੇ, ਸਾਰੇ ਹੁੰਦੇ ਨੇ, ਆਪਾਂ ਕਲੀਅਰ ਕਰ ਲੈਂਦੇ ਹਾਂ ਪੇਪਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਬਈ PV13 ਪ੍ਰੋਡਕਸ਼ਨ ਵਾਲੇ, ਆਪਣੇ ਸਾਰੇ ਭਰਾਵਾਂ ਦਾ, ਸਾਰੇ ਪਰਿਵਾਰ ਦਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣੀ ਮੈਂ ਅਰਸ਼ਾ ਜੀ, ਬਲੌਗ ਮੈਂ ਬਠਿੰਡੇ ਤੋਂ ਕਰਦਾ। ਇਹ ਆਪਾਂ ਖੜ੍ਹੇ ਹਾਂ ਜੀ ਦਿੱਲੀ ਪੰਜਾਬ ਮੋਟਰ, ਰੋਹਿਣੀ ਸੈਕਟਰ 11 ਦੇ ਵਿੱਚ, ਨੇੜੇ ਰਥਾਲਾ ਮੈਟਰੋ ਸਟੇਸ਼ਨ ਦੇ ਬਿਲਕੁਲ ਨੇੜੇ ਹੈ ਜੀ ਇਹ, ਰੋਹਿਣੀ ਦੇ ਵਿੱਚ 11 ਸੈਕਟਰ। ਕਾਰ ਬਾਜ਼ਾਰ ਦਾ ਨਾਮ ਹੀ ਪੰਜਾਬ ਮੋਟਰ, ਤੁਸੀਂ ਸਮਝ ਸਕਦੇ ਹੋ। ਅਤੇ ਅਰਸ਼ ਵੀਰੇ, ਉਹ ਪੇਪਰ ਵਾਲੀ ਗੱਲ ਕਲੀਅਰ ਕਰ ਦਿਓ ਮਾੜਾ ਜਿਹਾ ਇੱਕ ਵਾਰੀ, ਵੀ ਸਪਸ਼ਟ ਹੋ ਗਿਆ ਜਾਣ ਬੰਦੇ। ਬੇਫਿਕਰ ਹੋ ਜਾਓ ਜੀ, ਬੇਫਿਕਰ, ਕਿਸੇ ਵੀ ਕੋਈ ਵੀ ਵੀਰ ਮਨ 'ਚ ਇਹ ਨਾ ਰੱਖੇ ਵੀ ਯਾਰ ਆਪਾਂ ਨੂੰ ਪੇਪਰ 'ਚ ਦਿੱਕਤ ਨਾ ਆਵੇ, NOC ਦੀ ਦਿੱਕਤ ਨਾ ਆਵੇ, ਆਪਣਾ ਮੇਨ ਕੰਮ ਕਰਨ ਦਾ ਮਕਸਦ ਹੀ ਇਹ ਹੈ ਬਈ। ਹਾਂ, ਚੰਗੀਆਂ ਕਾਰਾਂ, ਚੰਗੀ ਤਰੀਕੇ ਨਾਲ ਡੀਲ, ਚੰਗੀ ਡੀਲ, ਚੰਗੇ ਕੋਈ ਪੇਪਰਾਂ 'ਚ ਕਿਸੇ ਨੂੰ ਕੋਈ ਲਾਂਭਾ ਹੀ ਨਹੀਂ ਆਉਂਦਾ ਬਈ, ਬੇਫਿਕਰ ਹੋ ਜਾਓ। ਕਿਸੇ ਵੀ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਆਉਂਦਾ ਜੀ ਪੇਪਰਾਂ ਦਾ। ਅਤੇ ਆਪਾਂ ਕਾਰਾਂ ਰੱਖਦੀ ਉਹ ਹੈ ਜਿਹਦੇ ਪੇਪਰ ਕੰਪਲੀਟ ਹੈ, ਦੂਜੀ ਕਾਰ ਆਪਾਂ ਆਪ ਵੀ ਪਰਚੇਜ਼ ਨਹੀਂ ਕਰਦੇ, ਨਾ ਹੀ ਆਪਾਂ ਆਪਦੇ ਕਾਊਂਟਰ 'ਤੇ ਲਾਈਏ। ਸਹੀ ਗੱਲ ਹੈ। ਅਤੇ ਆਪਣੀ ਜ਼ਿੰਮੇਵਾਰੀ ਵਾਲੀਆਂ ਸਾਰੀਆਂ ਕਾਰਾਂ ਹੋਣਗੀਆਂ, ਗੱਡੀਆਂ ਤੁਹਾਨੂੰ ਇਹੋ ਜਿਹਾ ਦਿਖਾ ਦਾਂਗੇ ਵਿੱਚ ਵਿੱਚ, ਤਾਂ ਬੰਪਰ ਟੂ ਬੰਪਰ ਓਰੀਜਨਲ ਨੇ, ਜੇ ਕੋਈ ਗੱਡੀ ਦਾ ਇੱਕ ਅੱਧਾ ਪੀਸ ਪੇਂਟ ਹੋਊਗਾ ਤੁਹਾਨੂੰ ਦੱਸ ਦਾਂਗੇ, ਕੋਈ ਚੱਕਰ ਨਹੀਂ ਵੀਰੇ। ਅਤੇ ਹੁਣ ਗੱਡੀਆਂ ਲੱਗਿਆ ਸਟਾਰਟ ਕਰਨ, ਲੋਨ ਮੇਰਾ ਦੀ ਫੈਸਿਲਿਟੀ, ਲੋਨ ਫੈਸਿਲਟੀ ਹੋ ਜੂਗੀ ਵੀਰੇ, ਆਪਣਾ ਸਿੰਪਲ ਸਕੋਰ ਓਕੇ ਹੋਣਾ ਚਾਹੀਦਾ, ਲੋਨ ਹੋ ਜੂਗਾ, ਉਹ ਬੇਫਿਕਰ ਹੋ ਜਾਓ, ਕਰਾ ਦਾਂਗੇ, ਕੋਈ ਦਿੱਕਤ ਨਹੀਂ ਹੋਣਾ। ਹਾਂ, ਬੇਫਿਕਰ ਹੋ ਜਾਓ ਬਈ। ਲੋਨ ਦਾ ਇੱਕ ਚੀਜ਼ ਰੱਖਿਓ, ਮੈਂ ਤੁਹਾਨੂੰ ਸ਼ੁਰੂ 'ਚ ਕਹਿ ਦਿੰਦਾ, ਦਿੱਲੀ ਸ਼ਹਿਰ ਹੈ ਨਾ, ਇੱਥੇ ਚਲੋ ਡੀਲ ਹੋਊਗੀ,
50-50 ਕਰ ਲਓ, ਪਹਿਲਾਂ ਉਹਦੇ ਸਾਈ ਪਾ ਦਿਓ ਗੱਡੀ ਦੀ, ਨਾਲ ਪਾ ਦਿਓ ਡਾਕੂਮੈਂਟ ਬਸ, ਹੈਨਾ, ਜੇ ਕਿਸੇ ਭਾਈ ਦਾ ਕਲੀਅਰ ਹੁੰਦਾ ਤਾਂ ਲੋਨ ਹੋ ਜਾਊਗਾ, ਅਦਰਵਾਈਜ਼ ਕੈਸ਼ 'ਚ ਗੱਡੀ ਜਾ ਕੇ ਲੈ ਜਾਓ, ਹੈਨਾ, ਫੋਨ 'ਤੇ ਗੱਲ ਕਰਕੇ ਸਾਨੂੰ ਡਾਕੂਮੈਂਟ ਭੇਜ ਦਿਓ ਜੀ, ਅਸੀਂ ਕਨਫਰਮ ਕਰਕੇ ਲੋਨ ਹੋ ਜਾਊਗਾ ਜੀ, ਨਾਲ ਦੀ ਨਾਲ ਓਕੇ ਕਰ ਦਾਂਗੇ, ਆਪਾਂ ਨੂੰ ਸਾਈ ਪਾ ਦੇਣ ਬੰਦੇ, ਆਪਣੇ ਗੱਲ ਓਕੇ, ਆਪਾਂ ਕਾਲ ਹੋਲਡ ਕਰ ਲਾਂਗੇ, ਅਤੇ ਸਭ ਤੋਂ ਪਹਿਲੀ ਗੱਡੀ ਕਰੋ ਚੱਕ, ਐਡਰੈਸ ਕੋਂਟੈਕਟ ਨੰਬਰ ਸਕਰੀਨ 'ਤੇ ਚੱਲ ਰਹੇ ਨੇ, ਆਹ ਸਾਰਿਆਂ ਦੀ ਮਨਪਸੰਦ ਕਾਰ ਹੈ, ਡੀਜ਼ਲ ਦੇ ਵਿੱਚ ਡੀਜ਼ਲ ਐਵਰੇਜ 2015 ਮਾਡਲ ਲੀਵਾ ਇਹ, ਹਾਂ ਹੈ 14 ਰਜਿਸਟਰਡ 15 ਜੀ, ਇਹ 14 ਫਸਟ ਓਨਰ ਹੈ, ਫਸਟ ਓਨਰ ਹੈ, 1,20,000 ਕਿਲੋਮੀਟਰ ਵਿਦ ਰਿਕਾਰਡ ਚੱਲੀ ਵੀ ਹੈ, ਠੀਕ ਹੈ ਜੀ, ਇੰਸ਼ੋਰੈਂਸ ਪੋਲਿਊਸ਼ਨ ਸਾਰਾ ਕੁਛ ਵੈਲਿਡ ਹੈ, ਦੋਨੇ ਚਾਬੀਆਂ ਸਭ ਕੁਛ ਓਕੇ ਹੈ ਜੀ, ਹਾਂਜੀ, ਕਾਰ ਰੇਟ ਆਪਾਂ ਜੇ ਆਪਾਂ ਮੰਨ ਕੇ ਚੱਲੀਏ ਪੰਜਾਬ ਦੇ ਵਿੱਚ, ਇਹ ਤੁਸੀਂ ਇਹ ਲਾ ਲਓ, ਇਹ ਚੀਜ਼ ਨਹੀਂ ਕਰਨੀ, ਰੇਟ ਚੈਲੰਜਿੰਗ ਲੈਣੇ ਨਾ, ਜਦੋਂ ਪੰਜਾਬ ਵਾਲੇ ਦਾ ਦੇਖਦੀ ਨੇ ਫਿਰ ਉੱਥੇ ਰੱਪੜ ਪੈਣ ਵਾਲਾ ਕੰਮ ਹੋ ਜੂ, ਪਰ ਆਪਾਂ ਰੇਟ ਬੰਦੇ ਨੂੰ ਇਹ ਦੇਣਾ ਵੀ ਸੁਣ ਕੇ ਆਪਣੇ ਕੋਲ ਆ ਜਾਓ, ਕਿਉਂਕਿ ਆਪਾਂ ਕਿਸੇ ਵੀਰ ਭਾਈ ਦਾ ਕੰਮ ਨਹੀਂ ਖਰਾਬ ਕਰਨਾ, ਸਿੱਧੀ ਜੀ ਗੱਲ ਹੈ ਨਾ ਜੀ, ਅਤੇ ਰੇਟ ਕੀ ਹੋਊਗਾ ਆਪਣੇ ਕਾਊਂਟਰ 'ਤੇ ਕੀ ਹੋਊਗਾ, ਚਲੋ ਰੇਟ ਆਪਾਂ ਇਹ 3,20,000 ਰੁਪਏ ਦੀ ਕਾਰ ਦੇ ਦਾਂਗੇ ਬਾਈ, 3,20,000 ਦੀ 14/15, ਅਤੇ ਮੈਂ ਪੰਜਾਬ 'ਚ ਵੀ ਵੀਡੀਓ ਬਣਾਉਣਾ ਤਾਂ ਕਰਕੇ ਮੇਰਾ ਬੈਡ ਇੰਪ੍ਰੈਸ਼ਨ ਪੈ ਜਾ, ਚਲੋ ਕੋਈ ਗੱਲ ਨਹੀਂ, ਨਹੀਂ ਕੋਈ ਗੱਲ ਨਹੀਂ, ਕੰਮ ਸਾਰੇ ਭਰਾਵਾਂ ਨਹੀਂ ਕਰਨਾ, ਇੱਥੇ ਵੀ ਅਸੀਂ ਕਰਦੇ ਹਾਂ, ਅਸੀਂ ਆਪਦਾ ਪੰਜਾਬ ਛੱਡੀ ਬੈਠੇ ਇੱਥੇ ਰਹਿ ਰਹੇ ਹਾਂ, ਉੱਥੇ ਵੀ ਆਪਣੇ ਵੀਰ ਭਾਈ ਬਹੁਤ ਦੂਰੋਂ ਦੂਰੋਂ ਗਏ ਹੋਏ ਨੇ, ਉੱਥੇ ਕੰਮ ਕਰ ਰਹੇ ਨੇ, ਇਹ ਹੋਂਡਾ ਮੇਜ ਹੈ ਵੀਰੇ ਪੈਟਰੋਲ ਦੀ, ਹਾਂਜੀ 2016 ਮਾਡਲ ਹੈ, ਪੈਟਰੋਲ ਪਲੱਸ ਸੀ ਐਨ ਜੀ ਹੈ, ਪਹਿਲੇ ਨਾਂ ਦੀ ਕਾਰ ਹੈ, ਓਕੇ, ਇਹ ਤੁਹਾਨੂੰ 3,35,000 ਰੁਪਏ ਦੀ ਕਾਰ ਦੇ ਦਾਂਗੇ, ਫਸਟ ਓਨਰ, 16 ਮਾਡਲ, 16 ਮਾਡਲ ਪੈਟਰੋਲ ਸੀ ਐਨ ਜੀ ਬਾਈ, ਸੀ ਐਨ ਜੀ ਗੱਡ ਲੱਗੀ ਹੋਈ ਹੈ, ਔਨ ਪੇਪਰ ਹੈ, ਹਾਂ ਔਨ ਪੇਪਰ ਹੈ, ਲਓ ਬਈ 3,25,000 ਰੁਪਏ ਦੀ ਕਾਰ ਦੇ ਦਾਂਗੇ, 35 ਆਖੇ ਜੀ ਮੈਂ, 25,000 ਰੁਪਏ ਦੀ ਕਾਰ, ਸਵਾ 3,00,000 ਰੁਪਏ ਦੀ 2016 ਮਾਡਲ ਆ, ਗੱਲ ਸੁਣਨ ਵਾਲੀ ਆ, ਹੋਰ ਤਾਂ ਚਲੋ ਦੇਖੀ ਜਾਊਗੀ, ਹੋਂਡਾ ਮੇਜ ਤੇ ਨਹੀਂ ਕਰੇਟਾ ਨਹੀਂ, ਇਹਦੀ ਗੱਲ ਕਰਦੇ, ਹੋਂਡਾ ਮੇਜ ਆ ਗਈ, ਕਰੇਟਾ 2017 ਮਾਡਲ ਹੈ, ਆਟੋਮੈਟਿਕ ਹੈ ਜੀ, ਓਕੇ, ਜਿਹੜੇ ਕਿਸੇ ਭਰਾ ਨੇ SUV ਕਾਰ ਲੈਣੀ ਹੈ, ਆਟੋਮੈਟਿਕ ਲੱਭ ਰਿਹਾ ਹੁੰਦਾ, ਹੁਣ ਕਰੇਟਾ ਦਾ ਨਾਮ ਮਸ਼ਹੂਰ ਵੀ ਹੈ, ਬਦਨਾਮ ਵੀ ਹੈ, ਜਿੰਨਾ ਲਈ ਫਾਇਦਾ ਉਹਨਾਂ ਲਈ ਮਸ਼ਹੂਰ ਹੈ, ਹੁਣ ਬਦਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਗਾਹ ਗੱਲ ਕਰਦੇ ਨਹੀਂ, ਤੇ ਇਹ 17 ਹਾਂ ਆਟੋਮੈਟਿਕ, ਆਟੋਮੈਟਿਕ ਹਾਂ, ਡੀਜ਼ਲ ਪੈਟਰੋਲ ਸੈਕਿੰਡ ਓਨਰ ਹੈ, ਇਹ ਡੀਜ਼ਲ ਦੇ ਵਿੱਚ, ਡੀਜ਼ਲ ਸੈਕਿੰਡ ਓਨਰ ਕਾਰ ਹੈ, ਆਟੋਮੈਟਿਕ 2017 ਮਾਡਲ, 7,50,000 ਰੁਪਏ ਦੀ ਕਾਰ ਦੇ ਦਾਂਗੇ, 7,25,000 ਰੁਪਏ ਦੀ ਕਾਰ ਦੇ ਦਾਂਗੇ ਮਹਾਰਾਜ, ਤੱਕਾ ਕਰੇ ਉਹਨੂੰ ਕਿਸੇ ਨੂੰ ਕੋਈ ਕੁਛ ਹੋ ਜੂਗਾ, 7,50,000 ਰੁਪਏ ਦੀ, ਪੰਜਾਬ ਦੀ ਗੱਲ ਕਰਦਾ, ਆ ਗਿਆ 2,000-3,000 ਰੁਪਇਆ ਖਰਚਾ ਹੋ ਗਿਆ, ਹਨਾ, ਜਦੋਂ ਗੱਡੀ ਲੈ ਕੇ ਜਾਊਗਾ ਬਾਈ ਨੂੰ ਤੇਲ ਦਾ ਖਰਚਾ ਦੇਣਾ ਪਊ, ਮੈਂ ਤੇਲ ਪਵਾ ਕੇ ਦੇ ਦਾਂਗੇ ਪੰਜਾਬ 'ਚ, ਜਿੱਥੇ ਵੀ ਜਾਣਾ ਹੋਵੇ ਸਾਨੂੰ ਦੱਸ ਦੇਣ, ਕਿਉਂਕਿ ਅਸੀਂ ਜਾਂਦੇ ਰਹਿੰਦੇ, ਸਾਨੂੰ ਪਤਾ ਉਹ ਉਹਨਾਂ ਤੇਲ ਆਪਾਂ ਪਵਾ ਕੇ ਦੇ ਦਾਂਗੇ ਜਾਣ ਤੱਕ ਦਾ, ਉਹ ਜਾਣ ਲੱਗੇ ਕਿਸੇ ਬਾਈ ਨੂੰ ਇਹ ਫੀਲ ਨਾ ਹੋਵੇ ਯਾਰ ਯਾਰ ਜਾਣ ਲੱਗੇ, ਮੈਂ ਕੱਲਾ ਟੋਲ ਟੋਲ ਦੇ ਦਿਓ ਬਾਈ, ਤੇਲ ਦੇ ਪੈਸੇ ਅਸੀਂ ਦੇ ਦਾਂਗੇ, ਤੇਲ ਪਵਾ ਕੇ ਦੇ ਦਾਂਗੇ ਗੱਡੀ, ਕਰਤੀ ਰੂਹ ਖੁਸ਼ ਆ ਗਿਆ, ਉਸ ਬਾਅਦ ਵੀਡੀਓ ਸ਼ੇਅਰ ਵੀ ਕਰੀ ਚੱਲੋ, ਆ ਜਾਓ ਬਸ, ਤੇ ਆ ਸਨਰੂਫ ਵਾਲੀ ਵਰਨਾ ਜੀ, ਸਨਰੂਫ ਵਾਲੀ ਵਰਨਾ 2017 ਮਾਡਲ, ਪਹਿਲੇ ਨਾਂ ਦੀ HR ਨੰਬਰ ਦੀ, ਆਟੋਮੈਟਿਕ, ਇਹ ਵੀ ਆਟੋਮੈਟਿਕ ਹੈ, ਅੱਗੇ ਆਉਣ ਵਾਲਾ ਸੀਜ਼ਨ ਵਿਆਹਾਂ ਦਾ, ਤੁਹਾਨੂੰ ਸਾਨੂੰ ਪਤਾ ਮਹੀਨਾ ਡੇਢ ਮਹੀਨਾ ਰਹਿੰਦਾ, ਜੇ ਕਿਸੇ ਭਰਾ ਨੇ ਕੰਮ ਵੀ ਤੋਰਨਾ ਉਹਦੇ ਲਈ ਘੈਂਟ ਕਾਰ ਹੈ, ਕਿਉਂਕਿ ਸੰਦਰੂਫ ਵਾਲੀ ਵਰਨਾ ਜਿਹੜੀ ਵੈਡਿੰਗ ਵੂਡਿੰਗ ਦੇ ਵਿੱਚ ਵਾਧੂ ਬੁਕਿੰਗ ਹੁੰਦੀ ਆ, ਇਹ ਗੱਡੀ ਤਾਂ ਤੁਹਾਨੂੰ ਪੈਸੇ ਕਮਾ ਕੇ ਦਊਗੀ, ਔਰ ਇਹ ਨਾ ਸੋਚਿਓ ਕਿ ਮਹਿੰਗੀ ਮਿਲੂਗੀ, ਮੈਂ ਕਹਿੰਦਾ ਮਾਰਕੀਟ ਨਾਲੋਂ ਬਹੁਤ ਸਸਤੇ ਰੇਟ 'ਚ ਮਿਲੂ, ਆਟੋਮੈਟਿਕ 17 ਡੀਜ਼ਲ, ਡੀਜ਼ਲ ਫਸਟ ਫਸਟ ਓਨਰ, HR ਨੰਬਰ, HR ਨੰਬਰ ਹੈ, ਪੈਸੇ ਜੀ 7,25,000 ਰੁਪਏ ਦੀ ਕਾਰ ਦੇ ਦਾਂਗੇ, 7,25,000 ਰੁਪਇਆ ਡਿਮਾਂਡ ਹੈ, 7,20,000 ਦੀ ਕਾਰ ਦੇ ਦਾਂਗੇ, 7,20,000 ਵੀ ਡਿਮਾਂਡ ਹੈ, ਹੋਰ ਦੱਸੋ ਲੈ ਬਾਕੀ ਕਰ ਲਾਂਗੇ ਮੌਕੇ 'ਤੇ, ਕੋਈ ਚੱਕਰ ਨਹੀਂ, ਤੇ ਫੋੜ ਇੱਕ ਸਪੋਟ ਵੀਰੇ, 2016 ਮਾਡਲ ਹੈ, 16 16 ਮਾਡਲ, 4,00,000 ਰੁਪਏ, 4,00,000 ਰੁਪਏ ਦੇਣੀ ਹੈ, ਫਸਟ ਓਨਰ,
ਮਾਨਦਾਨ ਕਰ ਦਾਂਗੇ। ਹੋਰ ਦੱਸੋ, 3,80,000 ਦੀ ਗੱਡੀ ਲੈ ਜਾਓ, 20,000 ਤਾਂ ਮੈਂ ਹੀ ਤੜਾਤਾ, ਹੋਰ ਕੀ ਭਰ ਦੇ। ਆਹ ਗੱਡੀ ਹੈਗੀ ਮਿੱਤਰੋ ਲਗਜ਼ਰੀ ਲਾਈਨ ਦੀ। ਕੋਈ ਭਰਾ ਕਹਿ ਜਾਂਦਾ ਕਿ ਸਾਡਾ ਬਜਟ ਘੱਟ ਹੈ, ਅਸੀਂ ਫੀਲ ਲੈਣਾ ਹੈ ਲਗਜ਼ਰੀ ਕਲਾਸ ਦਾ ਅਤੇ ਲਗਜ਼ਰੀ ਗੱਡੀ। ਇਹ ਗੱਡੀ ਵੀ ਲਗਜ਼ਰੀ ਹੈ, ਟੋਇਟਾ ਦੀ ਹੈ, ਬ੍ਰਾਂਡ ਦਾ ਭਰੋਸਾ ਫੁੱਲ ਹੈ, ਅਲਟਿਸ ਕਰੋਲਾ ਨਿਊ ਸ਼ੇਪ ਦੇ ਵਿੱਚ ਜਿਹੜੀ ਆ ਗਈ। ਮੈਂ ਕਹਿੰਦਾ ਜਿਹੜੇ ਕਿਸੇ ਭਰਾ ਕੋਈ ਲੱਭ ਰਿਹਾ ਨਾ, ਮੈਂ ਘੱਟ ਬਜਟ ਦੇ ਵਿੱਚ ਵੀਰੇ, ਘੱਟ ਬਜਟ ਦੇ ਵਿੱਚ, ਬਾਕੀ ਇਹ ਕਾਰ ਵੀ ਬਹੁਤ ਰੇਅਰ ਮਿਲਦੀ ਹੈ, ਬਹੁਤ ਰੇਅਰ ਮਿਲਦੀ ਹੈ। ਆਪਾਂ ਬਹੁਤ, ਸਾਨੂੰ ਵੀ ਬਹੁਤ ਕੋਸ਼ਿਸ਼ ਹੈ ਕਰਕੇ ਕਾਰ ਮਿਲਦੀ ਹੈ ਕਈ ਵਾਰੀ ਇਹ, ਕਿਉਂਕਿ ਜਿਹਦੇ ਕੋਲ ਹੈਗੀ ਬਹੁਤ ਘੱਟ ਵੇਚ ਕੇ ਰਾਜੀ ਹੈ ਜੀ ਇਹ। ਇਹਦਾ ਮਾਡਲ ਜੀ, ਇਹ 2014 ਮਾਡਲ ਹੈ, 14 ਮਾਡਲ ਹੈ, ਹਾਂ, ਫਸਟ ਓਨਰ ਹੈ, ਡੀਜ਼ਲ ਹਾਂਜੀ। ਅਤੇ ਪੈਸੇ 5,20,000 ਰੁਪਏ ਦੀ ਕਾਰ ਦੇ ਦਾਂਗੇ। 5,20,000 ਰੁਪਿਆ ਡਿਮਾਂਡ ਹੈ, ਰੇਟ ਫਿਰ ਤੜਾਈਏ ਕਿ ਨਾ ਤੜਾਈਏ? ਤੜਾ ਸੋਚ ਰਹੇ, ਤੜਾ ਦਈਏ, ਭਰਾਵਾਂ ਨੂੰ, ਆਪਾਂ ਨੂੰ, ਇਹਨਾਂ ਨੂੰ, ਬਾਈਆਂ ਨੂੰ ਕੋਈ ਜਵਾਬ ਨਹੀਂ। ਤੜਾ ਕਿੰਨੇ 'ਚ? ਜੋ 5,00,000 ਰੁਪਏ ਦੀ ਕਾਰ ਦੇ ਦਾਂਗੇ। ਚਲੋ 5, ਇਹਦੇ ਵਿੱਚੋਂ ਆ ਕੇ ਕਰ ਲਾਂਗੇ, ਕੋਈ ਚੱਕਰ ਨਹੀਂ। ਤੇ ਮਹਿੰਦਰਾ XUV ਜਿਹਦੇ ਵਿੱਚ ਸਨਰੂਫ, ਇਹ ਆਪਣੀ 11, ਹਾਂ, ਇਹ WU11 ਹੈ, XUV 2018 ਮਾਡਲ, ਸਨਰੂਫ ਵਾਲੀ, ਪੁਸ਼ ਬਟਨ ਸਟਾਰਟ, ਹਾਂਜੀ, ਪਹਿਲੇ ਨਾਂ ਦੀ ਕਾਰ ਇਹ ਹੈ। ਓਕੇ ਜੀ, ਤੇ ਪੈਸੇ ਜੀ 18 ਦੇ, ਬੜਾ ਸੋਚ ਰਹੇ ਹੋ ਵੈਸੇ, ਡਿਸਕਾਊਂਟ ਵੱਡਾ ਨਹੀਂ? ਹਾਂ, ਡਿਸਕਾਊਂਟ ਵੱਡਾ, ਉਹੀ ਸੋਚ ਰਹੇ ਵੀ ਆਪਾਂ ਵੀ ਕਿੰਨਾ ਕੁ ਵੱਡਾ ਦੇ ਦਾਂਗੇ, ਹਾਂ, ਕਿੰਨਾ ਵੱਡਾ ਡਿਸਕਾਊਂਟ ਦੇ ਦਈਏ ਆਪਾਂ, ਘੰਟ ਜਿਹਾ ਕਰ ਦਿਓ ਫਿਰ। 8,60,000 ਰੁਪਏ ਦੀ ਕਾਰ ਦੇ ਦਾਂਗੇ। 8,60,000 ਰੁਪਇਆ, ਬਾਕੀ ਕਰ ਲਾਂਗੇ ਮੌਕੇ 'ਤੇ। ਅਤੇ ਬਾਈ ਲਾ ਚੱਕੋ, ਆਹ ਲਾ ਤੋਹਫਾ ਹੀ ਆ, ਔਡੀ Q7। ਮੈਂ ਕਹਿ ਦਾਂ ਫਿਰ, ਕਹਿ ਦਿਓ ਜਿਹੜੇ ਭਰਾ ਕੋਈ ਆਹ SUV ਲੱਭ ਰਿਹਾ ਹੈਗਾ, ਜਿਵੇਂ ਫੋਰਚੂਨਰ, ਸਕਾਰਪੀਓ, ਇਹਦੇ ਨਾਲ ਜੇ ਆਪਾਂ ਕੰਪੇਅਰ ਕਰਦੇ ਉਹਨਾਂ ਨਾਲ, ਤਾਂ ਲਗਜ਼ਰੀ ਤੁਹਾਨੂੰ ਪਤਾ ਬੈਸਟ ਕਾਰ ਹੈ, ਪੁਰਾਣੀ ਬਜਟ ਉਹੀ ਹੈ, ਪੁਰਾਣੀ ਫੋਰਚੂਨਰ ਦੇ ਰੇਟ 'ਚ ਕਾਰ ਦੇ, ਪੁਰਾਣੀ ਫੋਰਚੂਨਰ ਦੇ ਰੇਟ ਦੇ ਵਿੱਚ ਔਡੀ ਦੀ Q-ਸੀਰੀਜ਼ ਕਾਰ ਮਿਲਿਓ, Q7 15 ਮਾਡਲ ਹੈ, 15 ਮਾਡਲ ਹੈ, 15 ਮਾਡਲ ਹੈ। ਆਪਣੇ ਪੰਜਾਬ 'ਚ ਫੋਰਚੂਨਰ ਵੀ ਨਹੀਂ ਮਿਲਣੀ ਇੰਨੇ ਪੈਸਿਆਂ ਦੀ, ਪੱਕੀ ਗੱਲ ਹੈ ਜੀ, ਪੱਕੀ ਗੱਲ ਹੈ ਜੀ, ਦੇਖ ਲਓ ਗੱਲ ਬਹੁਤ ਵੱਡੀ ਕਹਿਣ ਲੱਗਿਆ, 15 ਮਾਡਲ ਦੀ ਫੋਰਚੂਨਰ ਦਾ ਰੇਟ ਪਤਾ ਕਰ ਲਓ ਅੱਜ, ਤੁਹਾਨੂੰ ਉਹ ਤੋਂ ਸਸਤੇ ਰੇਟ ਦੇ ਵਿੱਚ ਔਡੀ ਦੀ Q-ਸੀਰੀਜ਼ ਗੱਡੀ ਦੇਣ ਲੱਗਿਆ, ਪੜਾਕੇ ਪੈਣਗੇ ਹੁਣ, ਸੁਣਨ ਵਾਲੀ ਗੱਲ ਹੈ। 14,30,000 ਰੁਪਏ ਦੀ ਕਾਰ ਦੇ ਦਾਂਗੇ, ਆ ਜਾਓ ਲੈ ਜਾਓ ਬਈ, ਲੈ ਬਈ, 14,30,000 ਦੀ ਕਾਰ ਬਣ ਜੂ। ਹਲੇ ਵੀਡੀਓ ਖਤਮ ਨਹੀਂ ਹੋਈ, ਹੁਣ ਦੇਖੋ ਜਿਹੜੀਆਂ ਗੱਡੀਆਂ ਆਪਾਂ ਇਹ ਕਹਿੰਦੇ ਹੁੰਦੇ ਹਾਂ ਕਿ ਯਾਰ ਮਾਰਕੀਟ 'ਚ ਰੇਅਰ ਨੇ, ਅੱਜ ਤੁਹਾਨੂੰ ਹੈਵੀ ਡਿਸਕਾਊਂਟ 'ਤੇ ਦੇਵਾਂ ਲੱਗਿਆ, ਹੈਵੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ, ਥੋੜ੍ਹੀਆਂ ਵੱਡੀਆਂ ਕਾਰਾਂ ਜਿਵੇਂ 7-ਸੀਟਰ ਲਾ ਲਓ, ਇੱਕ ਅੱਧੀ 5-ਸੀਟਰ ਹੋਰ ਵੀ ਆ, ਉਹ ਵੀ ਕਵਰ ਕਰ ਦਾਂਗੇ। ਆ ਜਾਓ ਜੀ, ਹੁੰਡਾਈ ਦੀ i20 ਆ, ਅਤੇ ਮਾਡਲ ਕਿੰਨਾ ਰਿਹਾ ਵੀਰੇ? ਇਹ 2016 ਮਾਡਲ ਹੈ, 2016 ਮਾਡਲ, ਡੀਜ਼ਲ, ਡੀਜ਼ਲ, ਹਾਂਜੀ। ਇਹ ਕਿਹੜੀ ਹੈ ਜੀ? ਉਹ ਮੈਗਨਾ, ਇਹ ਮੈਗਨਾ, ਮੈਗਨਾ 16 ਮੈਗਨਾ ਗੀ, ਡੀਜ਼ਲ, ਡੀਜ਼ਲ ਦੇ ਵਿੱਚ ਓਨਰ ਫਸਟ, ਫਸਟ ਓਨਰ। ਅਤੇ ਪੈਸੇ ਜੀ? 3,50,000 ਰੁਪਏ ਦੀ ਕਾਰ ਲੈ ਜਾਓ ਬਈ, ਆ ਜਾਓ। 16 ਮਾਡਲ ਮੈਗਨਾ i20 ਡੀਜ਼ਲ ਦੀ, 3,50,000 ਰੁਪਏ ਦੀ ਕਾਰ ਦੇ ਦਾਂਗੇ। ਭੁਲੇਖਾ ਪੈ ਗਿਆ, 4,500,000 ਹੈ, 3,50,000 ਰੁਪਏ ਜੀ, 3,50,000। 16 ਮਾਡਲ ਹੈ, ਹਾਂਜੀ, ਨਾ ਵੀਰੇ ਦੇ ਦਾਂਗੇ ਮੈਂ, 3,50,000 ਰੁਪਏ ਦੀ ਕਾਰ ਦੇ ਦਾਂਗੇ। ਦੇਖ ਲਓ ਕਮੀ ਕੁਮੀ ਤਾਂ ਨਹੀਂ ਕੋਈ, ਆ ਕੇ ਚੈੱਕ ਕਰ ਲਓ, ਮੇਜਰ ਐਕਸੀਡੈਂਟ ਦੀ ਪੇਪਰਾਂ ਦੀ ਜਾਂ ਕੋਈ ਪੀਸ ਚੇਂਜ ਹੋਵੇ ਉਹਦੀ ਆਪਣੀ ਗਰੰਟੀ ਹੈ ਜੀ, ਆਪਾਂ ਬੰਦੇ ਦਾ ਖਰਚਾ ਦੇਵਾਂਗੇ ਜੋ ਬੰਦਾ ਖਰਚਾ ਕਰਕੇ ਆਊਗਾ। 16 ਮਾਡਲ, 3,50,000 ਰੁਪਇਆ, ਲਓ ਜੀ ਆਹ ਵੀ ਆਪਣੀ ਹੈ ਜੀ, ਇਹ ਵੀ ਆਪਣੀ ਹੈ, ਦਿਖਾ ਦੇ ਬਈ ਜਿੰਨੇ ਭਰਾ ਦੇਖ ਰਹੇ ਨੇ। ਟੋਇਟਾ ਇਨੋਵਾ ਕ੍ਰਿਸਟਾ 2.4G HR ਨੰਬਰ, ਪੇਡ ਨੰਬਰ ਦੇ ਦਾਂਗੇ ਫ੍ਰੀ, 80-80, ਤੇ ਗੱਡੀ ਫੁੱਲ ਘੈਂਟ ਓਕਾ ਨਿਊ ਸ਼ੇਪ ਆ, 2021 ਮਾਡਲ, 21 ਮਾਡਲ, ਹਾਂ ਹਾਂਜੀ, ਸੈਕਿੰਡ ਓਨਰ ਦੀ ਕਾਰ ਹੈ, ਹਾਂ, 2021 ਮਾਡਲ ਹੈ ਜਸਵਿੰਦਰ ਵੀਰੇ। ਇਹ ਇਹ ਡੀਜ਼ਲ ਆ ਗਈ ਜੀ ਆਪਣੀ, ਡੀਜ਼ਲ, ਡੀਜ਼ਲ ਦੇ ਵਿੱਚ 21 ਮਾਡਲ, ਹਾਂ। ਤੇ ਕਰ ਦਿਓ ਫਿਰ ਮਣ ਤਣ, ਇਹ ਆਪਾਂ ਕਾਰ 18,00,000 ਰੁਪਏ ਦੀ ਕਾਰ ਦੇ ਦਾਂਗੇ, ਦੇ ਦਾਂਗੇ 18,00,000 ਰੁਪਏ ਦੀ ਕਾਰ ਬਣ ਜੂ। ਮੈਂ ਹੁਣ ਜਿਹੜੀ ਤੁਹਾਨੂੰ ਗੱਡੀ ਦਿਖਾਉਣ ਲੱਗਿਆ, ਆਪਣੇ ਪੰਜਾਬ ਦੀ ਸਭ ਤੋਂ ਘੈਂਟ ਕਾਰ ਲਾ ਲਓ, ਜਿਹੜੇ ਬੰਦੇ ਕੋਲ ਫੋਰਚੂਨਰ ਹੈ ਵੀਰੇ, ਮੈਂ ਰੁਤਬਾ ਹੀ ਕਹਿੰਦਾ, ਸਿੱਧੀ ਜੀ ਗੱਲ ਹੈ, ਭਾਵੇਂ ਕਿੱਡੀ ਮਰਜ਼ੀ ਕੋਈ ਲਗਜ਼ਰੀ ਕਾਰ ਲੈ ਲਏ, ਛੋਟੀ ਸਟਾਨ ਜਿਹੜੇ ਆਪਣੇ ਬੀਮਰ ਬੂਮਰ
ਜਾਂ ਹੋਰ ਲਾ ਲਓ, ਮਰਸਡੀ ਲੈ ਲਓ, ਜੈਗਵਾਰ ਲੈ ਲਓ, ਪਰ ਜਿਹੜੇ ਬੰਦੇ ਕੋਲ ਆਹ ਉਹਨੂੰ ਤਾਂ ਐਂ ਕਹਿੰਦੇ ਨੇ ਬੰਦਾ ਸਰਦਾਰ, ਜਿਹਦੇ ਕੋਲ ਜਮਦੂਦ ਦਾ ਝੋਟਾ ਉਹ ਸਰਦਾਰ ਵਾਕਈ ਸਰਦਾਰ ਹੈ। ਅਤੇ ਅੱਜ ਤੁਹਾਨੂੰ ਉਹ ਰੇਟ 'ਚ ਦੇ ਦੂੰ ਮੈਂ ਆਲ ਪੰਜਾਬ ਦੀ ਗੱਲ ਕਰੂੰਗਾ, ਦਿੱਲੀ ਦਾ ਤਾਂ ਹੈਗੀ ਹੈਗਾ ਚੈਲੰਜ, ਆਲ ਪੰਜਾਬ 'ਚ ਕਿਤੇ ਮਰਜ਼ੀ ਪਿੰਡ ਟੂ ਪਿੰਡ ਜਿਹੜਾ ਲਾਸਟ ਬਾਰਡਰ ਰੇਟ 'ਤੇ ਲਾ ਦਿਓ ਤੱਕ ਵਗ ਜਾਓ, ਇਹ ਰੇਟ 'ਚ ਗੱਡੀ ਨਹੀਂ ਮਿਲਣੀ। ਮਾਡਲ 17/18 17/18 ਆਟੋਮੈਟਿਕ 4x2 ਫਸਟ ਓਨਰ ਗੱਡੀ, ਮਤਲਬ ਸਾਰੀ ਜਨਰਲ ਚੱਲੀ ਹੋਈ ਹੈ ਅਰਾਊਂਡ, ਤੁਸੀਂ ਦੱਸਿਆ ਸੀ 75,000 ਮਤਲਬ ਲੱਖ ਤੋਂ ਥੱਲੇ ਥੱਲੇ ਚੱਲੀ ਵੀ ਹੈ। ਹਾਂ, ਹੁਣ ਜੇ ਆਪਾਂ 17/18 ਮਾਡਲ ਦੀ ਆਪਾਂ ਪੰਜਾਬ ਨਾਲ ਚੱਲ, ਇਹਦਾ ਮੈਂ ਕੰਪੇਅਰ ਕਰਨ ਲੱਗਿਆ ਵੀਰੇ, ਕਿਉਂਕਿ ਰੇਟ ਦਾ ਬਹੁਤ ਵੱਡਾ ਫਰਕ ਪੈਣ ਲੜਾ ਇੱਥੇ, ਆਪਣੇ 27-28-29 ਲੱਖ ਤੱਕ ਗੱਡੀ ਵਿਕਦੀ ਹੈ ਆਟੋ, 29 ਤੱਕ ਚੱਲੀ ਜਾਂਦੀ ਆਰਾਮ ਨਾਲ, ਹੈ ਨਾ, ਜਾ ਵੜਦੀ ਹੈ ਬਾਈ। 29 ਲੱਖ ਲਾ ਲਓ, 28 ਦੇ ਦੇਣਗੇ, 27 ਦੇ ਦੇਣਗੇ ਲਾਸਟ, ਮੈਨੂੰ ਜੁੜ ਗਿਆ ਨਾ। ਅੱਜ ਆਪਾਂ ਕੀ ਡੀਲ ਕਰ ਰਹੇ ਹਾਂ, ਸਭ ਤੋਂ ਵੱਡੀ ਡੀਲ ਹੋਣੀ ਚਾਹੀਦੀ ਇਹਦੇ ਵਿੱਚ ਫੋਰਚੂਨਰ ਦੀ, 17/18 ਆਟੋਮੈਟਿਕ ਦੀ, ਆਪਾਂ 24 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹਦੇ ਵਿੱਚੋਂ, ਜਿਹੜਾ ਬੰਦਾ ਆਊਗਾ ਮਨ ਤਣ 23.5 ਲੱਖ ਰੁਪਏ ਦੀ ਕਾਰ ਲੈ ਜਾਓ ਬਾਈ, ਆ ਜਾਓ 17/18 4x2 ਆਟੋ ਲੈ ਬਾਈ, ਕਰ ਲਓ ਚੈੱਕ। ਮੈਂ ਹੁਣ ਜ਼ਿਆਦਾ ਨਹੀਂ ਕੁਛ ਬੋਲਦਾ, ਆਖਰੀ ਪ੍ਰਾਈਜ਼ ਹੈ, ਜਿਹਨੇ ਚੱਕੜੇ ਚੱਕ ਲਿਓ ਫਿਰ ਨਾ ਕਹੋ, ਅਤੇ ਇਹਦੇ ਵਿੱਚੋਂ ਵੀ ਘੈਂਟ ਦਵਾ ਦੂੰਗਾ ਔਫਰ। ਇਹ 2015 ਮਾਡਲ ਹੈ, S10 ਹੈ, ਸੈਕਿੰਡ ਓਨਰ ਹੈ। ਹਾਂਜੀ, ਪਹਿਲਾਂ ਨਾਲੋਂ ਉਹਨਾਂ ਨੇ ਤਾਂ ਰੇਟ ਘੱਟ ਦੇਣਾ, ਪਹਿਲਾਂ ਆਪਾਂ ਇਕੱਠੇ ਦੇਵਾਂਗੇ ਬਾਈ। ਹਾਂ, 13.5 ਲੱਖ ਰੁਪਏ ਦੀਆਂ ਆਪਾਂ ਕਹੀਆਂ ਸੀਗੀਆਂ, ਆਪਾਂ 13.5 ਲੱਖ ਰੁਪਏ ਦੀਆਂ ਕਿਹਾ ਸੀ, ਦੇ ਦਾਂਗੇ ਕਾਰਾਂ। ਹਾਂ ਠੀਕ ਹੈ, ਇਹ ਕਾਰ ਆਪਾਂ 7 ਲੱਖ ਅਤੇ 30,000 ਰੁਪਏ ਦੀ ਕਾਰ ਦੇ ਦਾਂਗੇ। 7.5 ਲੱਖ ਰੁਪਇਆ ਰੇਟ ਬਣਦਾ ਵੈਸੇ, 7,30,000 ਰੁਪਏ ਦੀ 2015 ਮਾਡਲ ਹੈ ਮਿੱਤਰੋ, S10 ਹੈ, ਗੱਡੀ ਫੁੱਲ ਘੈਂਟਾ, ਕਰੋ ਚੈੱਕ ਜੀ। ਅਤੇ ਆ ਜਾਓ ਜੀ ਇੱਧਰਲੇ ਪਾਸੇ, ਆ ਗਈ ਆਪਣੇ ਕੋਲ ਇੱਕ ਹੋਰ ਕਰੈਟਾ, ਅਤੇ ਇਹਦੀ ਡਿਟੇਲ ਕੀ ਹੈ ਵੀਰੇ, ਇੱਧਰ ਆ ਜਾਓ ਅਰਸ਼ ਵੀਰੇ। ਇਹ ਵੀ ਕਰੇਟਾ ਪਹਿਲੇ ਨਾਂ ਦੀ, HR ਨੰਬਰ ਦੀ ਹੈ, ਫਸਟ ਓਨਰ ਹੈ, HR ਨੰਬਰ ਹੈ, 2019 ਮਾਡਲ ਹੈ, 2019 ਮਾਡਲ ਮੈਨੂਅਲ ਹੈ, ਮੈਨੂਅਲ ਡੀਜ਼ਲ ਹੈ। ਹਾਂ, ਮੈਨੂਅਲ ਡੀਜ਼ਲ ਹੈ। ਹਾਂਜੀ, ਅਤੇ ਇਹਦੇ ਪੈਸੇ ਕਿੰਨੇ ਹੋਣਗੇ ਯੂਨੀ ਦੇ? ਜਮ੍ਹਾਂ ਨਿਚੋੜ ਦੇਣ ਵਾਲਾ 8 ਲੱਖ ਰੁਪਏ ਦੀ ਆਪਾਂ ਕਾਰ ਦੇ ਦਾਂਗੇ, 19 ਮਾਡਲ। ਤੁਹਾਨੂੰ ਸ਼ਾਇਦ ਫਿਰ ਭੁਲੇਖਾ ਲੱਗ ਗਿਆ ਵੀਰੇ, ਭੁਲੇਖਾ ਲੱਗ ਗਿਆ ਬਾਈ, 8 ਲੱਖ। ਹਾਂ ਦੇਖ ਲਓ, ਹਾਂ, ਓਨਲੀ 8 ਲੱਖ, ਓਨਲੀ 8 ਲੱਖ, 8 ਲੱਖ ਦੇ 2019 ਮਾਡਲ, 2019 ਮਾਡਲ। ਇਸ ਤੋਂ ਇਲਾਵਾ ਆਪਣਾ ਕੋਈ ਭਰਾ ਕਹਿੰਦਾ ਕਿ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੀਰੇ ਕੋਈ ਚੱਲ ਪਈ ਚੀਜ਼ ਹੋਣਾ, ਜੇ 2024 ਚੱਲ ਰਿਹਾ ਕਹਿੰਦੇ 14 ਮਾਡਲ ਦੇ ਰੇਟ ਟੁੱਟ ਗਏ, ਟੁੱਟ ਵੀ ਰਹੇ ਨੇ, ਟੁੱਟ ਵੀ ਰਹੇ ਨੇ ਬਾਈ, ਉਹਦੇ ਨਾਲ ਦੀਆਂ ਕਾਰਾਂ ਲੈਣੀਆਂ ਨੇ ਉਹ ਮਿਲ ਗਈਆਂ ਤੁਹਾਨੂੰ ਸਪੈਸ਼ਲ। ਹਾਂ, ਹੈ ਨਾ, ਡੀਲ ਕਰ ਸਕਦੇ ਨੇ ਆਪਣੇ ਨਾਲ। ਹਾਂ ਹਾਂ, ਕੋਈ ਗੱਲ ਨਹੀਂ ਬਾਈ, ਆਪਾਂ ਨੂੰ ਬਾਈ ਫੋਨ ਕਰਕੇ ਡੀਲ ਕਰ ਸਕਦੇ, ਕਿਉਂਕਿ ਇਹ ਮੰਨ ਕੇ ਚੱਲੋ ਵੀ 24 ਚੱਲ ਰਹੇ ਅਤੇ 14 ਮਾਡਲ ਡੀਜ਼ਲ ਕਾਰਾਂ ਮੋਸਟਲੀ ਜ਼ਿਆਦਾਤਰ ਸਿੱਧੀਆਂ ਹੀ ਬਾਹਰ ਜਾ ਰਹੀਆਂ ਨੇ ਦਿੱਲੀ ਤੋਂ, ਹੈ ਨਾ, ਜਾ ਰਹੀਆਂ, ਕਿਉਂਕਿ ਕਾਰਾਂ MCD ਵਾਲੇ ਚੱਕ ਲੈਂਦੇ ਆ ਵੀਰੇ, ਤਾਂ ਕਰ ਸਿੱਧੀ ਜੀ ਗੱਲ ਹੈ, ਕਿਸੇ ਭਰਾ ਨੇ ਘੱਟ ਰੇਟ 'ਚ ਵੀ ਲੈਣੀਆਂ ਨੇ, ਅਵੇਲੇਬਲ ਹੈ, ਕੋਈ ਦਿੱਕਤ ਨਹੀਂ, ਸਕਰੀਨ ਦੇ ਨੰਬਰ ਅਤੇ ਐਡਰੈਸ ਦੋਨੋਂ ਚੱਲ ਰਹੇ ਨੇ, ਫੋਨ ਨਹੀਂ ਲੱਗ ਰਿਹਾ ਵਟਸਐਪ 'ਤੇ ਮੈਸੇਜ ਕਰਦਿਆ ਕਰੋ ਵੀਰ ਬਣ ਕੇ, ਕਿਉਂਕਿ ਇੱਕ ਫੋਨ ਦੇ ਫੋਨ ਦੜਾ ਆਉਂਦੇ ਨੇ ਜਦੋਂ, ਪਰ ਬੰਦੇ ਬਾਈ ਹੋਰ ਕਨਫਿਊਜ਼ ਹੋ ਜਾਂਦੇ, ਇੱਕ ਰਾਤ ਨੂੰ 10 ਵਜੇ ਤੋਂ ਬਾਅਦ ਫੋਨ ਨਾ ਕਰਿਆ ਕਰੋ, ਨਹੀਂ ਨਹੀਂ ਕੋਈ ਭਰਾ ਬਾਈ ਹੋਰ ਤੰਗ ਬਹੁਤ ਹੋ ਜਾਂਦੇ ਨੇ, ਨਹੀਂ ਨਹੀਂ ਅਤੇ ਗਾਹਕ ਬਾਈ ਦੇਖੋ, ਗਾਹਕ ਆਪਣਾ ਨਾ ਰੱਬ ਦਾ ਰੂਪ ਹੁੰਦਾ, ਆਪਾਂ ਤਾਂ ਕਦੇ ਵੀ ਕਿਸੇ ਵੀ ਗਾਹਕ ਦਾ, ਕਈ ਵਾਰੀ ਕੋਈ ਗਾਹਕ ਫੋਨ ਕਰਕੇ ਕਹਿ ਦਿੰਦਾ, ਹੁਣ ਆਪਾਂ ਤੁਹਾਨੂੰ ਵੀ ਪਤਾ ਆਪਾਂ ਜਿਹੜਾ ਨਿਚੋੜ ਰੇਟ ਦਿੰਦੇ ਹਾਂ, ਫੋਨ ਕਰਕੇ ਕਹਿ ਦਿੰਦਾ ਵੀ ਇੰਨੇ ਦੀ ਦੇ ਦਿਓ, ਆਪਾਂ ਕਿਹਾ ਕੋਈ ਗੱਲ ਨਹੀਂ ਜੀ, ਕਈ ਵਾਰੀ ਤੁਹਾਡੇ ਮਤਲਬ ਦੀ ਕਾਰ ਆਪਣੇ ਕੋਲ ਆਪਾਂ ਜ਼ਰੂਰ ਦੇਵਾਂਗੇ। ਸਹੀ ਗੱਲ ਹੈ, ਬਾਕੀ ਵੀਰੇ ਇਸ ਤੋਂ ਇਲਾਵਾ ਕੋਈ ਵੀ ਕਾਰ ਲੈਣੀ ਹੈ, ਆਹ ਸੇਮ ਸਕਰੀਨ 'ਤੇ ਐਡਰੈਸ ਕੋਂਟੈਕਟ ਨੰਬਰ ਚੱਲ ਰਿਹਾ, ਮੈਂ ਤੁਹਾਨੂੰ ਤਾਂ ਕਹਿਣਾ ਜੇ ਫੋਨ ਨਾ ਲੱਗਿਆ ਨਾ ਤਾਂ ਇਹੀ ਨੰਬਰਾਂ 'ਤੇ ਵਟਸਐਪ ਮੈਸੇਜ ਕਰ ਦਿਓ, ਇਹਨਾਂ ਕੋਲ ਜਦੋਂ ਮਤਲਬ ਕਿ ਚਲੋ ਕਾਲ ਚੱਲ ਰਹੀ ਹੈ, ਜਦੋਂ ਵੀ ਟਾਈਮ ਲੱਗਾ ਤੁਹਾਨੂੰ ਕਾਲ ਬੈਕ ਕਰ ਲਾਂਗੇ ਵੀਰੇ, ਕੋਈ ਚੱਕਰ ਨਹੀਂ, ਬਾਕੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ। ਬਾਈ ਦੇ ਚੈਨਲ ਨੂੰ ਜ਼ਰੂਰ ਫੋਲੋ ਕਰਿਓ, ਸ਼ੇਅਰ ਕਰਿਓ ਦੱਬ ਕੇ, ਕਿਉਂਕਿ ਬਾਈ ਵੀ ਬਹੁਤ ਮਿਹਨਤੀ ਨੇ ਬਾਈ ਉਰੇ। ਚਲੋ ਮੈਂ ਇੱਕ ਚੀਜ਼ ਕਰਦਾ, ਕਿਸਾਨ ਨੇ, ਨਹੀਂ ਨਹੀਂ ਬਾਈ ਵੀ ਕਿਰਤੀ ਕਿਸਾਨ ਨੇ, ਮੈਂ ਨਾ ਪਿਛਲੀ ਵਾਰੀ ਵੀ ਜਦੋਂ ਤੁਸੀਂ ਸਾਡੀ ਪਿਛਲੀ ਵੀਡੀਓ ਦੇਖੀ ਹੋਊਗੀ, ਮੈਂ ਬਾਈ ਨੂੰ ਫੋਨ ਕੀਤਾ, ਮੈਂ ਕਿਹਾ ਬਾਈ ਯਾਰ ਐਂ ਕਰਕੇ ਆਪਾਂ ਵੀਡੀਓ ਬਣਾਉਣੀ ਆ,
ਬਾਈ ਕਹਿੰਦਾ ਅਰਸ਼ ਯਾਰ ਝੋਨਾ ਲਾਈ ਇਹਨੇ ਦੋ ਤਿੰਨ ਦਿਨਾਂ ਬਾਅਦ ਵਿਹਲੇ ਹੋਵਾਂਗੇ ਫੇਰ ਆਵਾਂਗੇ। ਚੱਲ ਨਹੀਂ 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 ਬਾਈ ਸ਼ੇਅਰ ਕਰ ਦਿਓ ਬਾਈ ਉਹਨਾਂ ਨੂੰ ਠੀਕ ਹੈ। ਓਕੇ ਜੀ, ਓਕੇ ਜੀ।